ਇਲੈਕਸ਼ਨ ਲੜਨ ਲਈ ਸਾਡੀ ਤਿੰਨਾਂ ਦੀ ਡਿਊਟੀ ਲੱਗੀ ਹੈ, ਬਰਨਾਲਾ ਜੀ ਦੀ, ਧਵਨ ਜੀ ਦੀ ਅਤੇ ਮੇਰੀ, ਇਹਨਾਂ ਦੀ ਸੇਵਾ ਕਰਨ ਦੀ। ਸਾਡੇ ਜਿਹੜੇ ਸਾਥੀ ਹੈ, ਤਾਂ ਕਿ ਇਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਹੈ, ਤਕਲੀਫ ਹੈ, ਅਸੀਂ ਇੱਕ ਪਲੇਟਫਾਰਮ 'ਤੇ ਬੈਠ ਕੇ ਉਹਦਾ ਹੱਲ ਕੱਢ ਲਈਏ। ਅਤੇ ਖੁਸ਼ੀ ਮੈਨੂੰ ਇੱਥੇ ਆ ਕੇ ਇੰਨੀ ਹੋਈ ਹੈ ਕਿ ਇੱਥੇ ਤਕਲੀਫ ਹੀ ਕੋਈ ਨਹੀਂ। ਦੂਸਰੀ ਗੱਲ ਇਹ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਅਸੀਂ ਪੰਥ ਨਾਲ ਜੁੜੇ ਹੋਏ ਗੁਰੂਆਂ ਦੀ ਓਂਟ 'ਚ ਰਹਿਣ ਵਾਲੀ ਪਾਰਟੀ ਹਾਂ। ਅਸੀਂ ਸਰਵ ਸਮਾਜ ਦੇ ਹਾਮੀ ਹੈ ਹਮੇਸ਼ਾ। ਸਾਡੇ ਲਈ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਧਰਮ ਨਹੀਂ। ਚਾਰ ਬੂਹੇ ਹਰਿਮੰਦਰ ਸਾਹਿਬ ਦੇ ਇਸ ਗੱਲ ਦੇ ਪ੍ਰਤੀਕ ਹੈ, ਜਿਹੜੇ ਸਾਡੇ ਦਿਲਾਂ 'ਚ ਵਾਸਾ ਕਰਦਾ। ਅਸੀਂ ਪੰਜਾਬ 'ਚ ਅਮਨ ਚਾਹੁੰਦੇ ਹਾਂ, ਪੰਜਾਬ 'ਚ ਸ਼ਾਂਤੀ ਚਾਹੁੰਦੇ ਹਾਂ। ਅਤੇ ਜਦ ਜਦ ਸਾਨੂੰ ਮੌਕਾ ਮਿਲਦਾ, ਕਿਤੇ ਵੀ ਮਿਲਦਾ, ਅਤੇ ਤਰੱਕੀ ਡਿਵੈਲਪਮੈਂਟ ਜੋ ਅਸੀਂ ਕੀਤੀ, ਅੱਜ ਤੱਕ ਕਿਤੇ ਨਹੀਂ ਕੀਤੀ। ਮੈਂ ਬੜੇ ਖੁੱਲ੍ਹ ਕੇ ਦਾਅਵੇ ਨਾਲ ਕਹਿਣਾ ਚਾਹੁੰਦਾ, ਪੂਰੇ ਪੰਜਾਬ 'ਚ ਚਲੇ ਜਾਓ, ਅੱਜ ਵੀ ਪਿਛਲੇ 4 ਸਾਲ ਦਾ ਜਿਹੜੀ ਸੜਕ ਬਣਦੀ ਹੈ, ਜਿਹੜਾ ਪੁਲ ਬਣਦਾ, ਜਿਹੜੀ ਡਿਵੈਲਪਮੈਂਟ ਹੋ ਰਹੀ ਹੈ, ਉਹ ਸਾਡੀ ਸਰਕਾਰ ਦੇ ਸਮੇਂ ਮਨਜ਼ੂਰ ਹੋਈ ਹੋਈ ਹੈ। ਜਦ ਅਸੀਂ 10 ਸਾਲ ਪਹਿਲਾਂ ਸਰਕਾਰ ਸਾਂਭੀ ਸੀ ਜਾਂ ਸ਼ੁਰੂਆਤ ਕੀਤੀ ਸੀ, ਉਸ ਸਮੇਂ ਗਵਰਨਮੈਂਟ ਆਫ ਇੰਡੀਆ ਤੋਂ ਸ਼ਹਿਰੀ ਡਿਵੈਲਪਮੈਂਟ ਲਈ ਇੱਕ ਵੀ ਪ੍ਰੋਜੈਕਟ ਨਹੀਂ ਸੀ ਭੇਜਿਆ ਗਿਆ। ਉਹ ਪੜ੍ਹ ਕੇ 2 ਸਾਲ ਲੱਗੇ ਸਾਨੂੰ ਪ੍ਰੋਜੈਕਟ ਰਿਪੋਰਟਾਂ ਤਿਆਰ ਕਰਾ ਕੇ ਭੇਜਣ ਨੂੰ, ਤਾਂ ਪ੍ਰੋਜੈਕਟ ਚੱਲੇ ਹੈ। ਅੱਜ ਵੀ ਇੱਕ ਵੀ ਕਾਂਗਰਸ ਵੱਲੋਂ ਤੋਰਿਆ ਗਿਆ ਪ੍ਰੋਜੈਕਟ ਨਹੀਂ ਹੈ ਕੋਈ। ਇਹ ਸਮਰਾਲੇ ਦੇ ਵਿੱਚ ਵੀ ਘਰ ਘਰ ਜਾ ਕੇ ਪੁੱਛ ਲਓ ਕਿੰਨੀ ਡਿਵੈਲਪਮੈਂਟ ਸਾਡੇ ਵੱਲੋਂ ਜਿਹੜੀ ਕਮੇਟੀ ਦੇ ਨੁਮਾਇੰਦੇ ਰਹੇ ਹਾਂ ਉਹਨਾਂ ਨੇ ਕਰਵਾਈ ਹੈ। ਅੱਜ ਵੀ ਲੋਕ ਇੱਥੇ ਸ਼ਲਾਘਾ ਕਰਦੇ। ਇਹ ਜਿਹੜਾ ਮੰਤਵ ਅੱਜ ਲੋਕ ਸਮਝ ਗਏ ਹੈ, ਪੂਰਾ ਪੰਜਾਬ ਦੇ ਵਿੱਚ ਘਰ ਘਰ ਚਰਚਾ ਹੋ ਗਈ ਕਿ ਝੂਠ ਬੋਲ ਕੇ ਬਣੀ ਹੋਈ ਸਰਕਾਰ, ਗੁਟਕੇ ਦੀ ਕਸਮ ਖਾ ਕੇ ਬਣੀ ਹੋਈ ਸਰਕਾਰ, ਲੋਕਾਂ ਤੋਂ ਲੁਕਿਆ ਹੋਇਆ ਮੁੱਖ ਮੰਤਰੀ, ਲੋਕਾਂ ਤੋਂ ਛੱਡੋ MLA ਨੂੰ ਜਿਹੜਾ ਮਿਲਦਾ ਨਹੀਂ ਮੁੱਖ ਮੰਤਰੀ, ਇੱਕ ਐਡ ਹੋਕ ਇਜ਼ਮ ਨਾਲ ਗਵਰਨਮੈਂਟ ਚੱਲਦੀ ਹੈ। ਪੰਜਾਬ ਸਰਕਾਰ ਦਾ ਚੀਫ ਸੈਕਟਰੀ ਵੀ ਕੁਰਸੀ 'ਚ ਨਹੀਂ ਬੈਠਾ, ਇੱਕ ਰਿਟਾਇਰਡ ਅਫਸਰ ਨੂੰ ਉੱਥੇ ਬਿਠਾ ਕੇ ਸਰਕਾਰ ਚੱਲ ਰਹੀ ਹੈ। ਇਹ ਦੁਨੀਆ ਜਾਣਦੀ ਹੈ, ਇਹ ਆਲਮ ਖਤਮ ਹੋਣ ਵਾਲਾ, ਇਹ ਸਰਕਾਰ ਦੇ ਦਿਨ ਥੋੜ੍ਹੇ ਰਹਿ ਗਏ। ਅਤੇ ਅਸੀਂ ਇਹ ਕਮੇਟੀਆਂ ਦੇ ਵਿੱਚ ਵੀ ਜਿੰਨੇ ਧੱਕੇ ਇਹਨਾਂ ਨੇ ਕੀਤੇ ਹੈ, ਬਿਨਾਂ ਵਾਰਡ ਬੰਦੀ ਹੋਏ ਹਰ ਵਾਰਡ 'ਚੋਂ ਵੋਟਾਂ ਕੱਢ ਕੇ ਦੂਜੇ 'ਚ ਪੂਰੇ ਪੰਜਾਬ ਭਰ 'ਚ ਪਾਈ ਹੈ। ਪੰਜਾਬ ਦੇ ਜਿੰਨੇ ਅਫਸਰ ਹੈ, ਪੰਜਾਬ ਦੇ ਜਿਹੜੇ ਲੱਗੇ ਹੋਏ SDM ਹੈ, ਉਹਨਾਂ ਨੇ ਆਪਣਾ ਇਮਾਨ ਵੇਚ ਕੇ ਕੰਮ ਕੀਤੇ ਹੈ। ਅਤੇ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ ਜੇ ਮੁੜ ਕੇ ਸਾਡੀ ਸਰਕਾਰ ਆ ਗਈ। ਇਹ ਬੰਦੇ ਇੱਕ ਇੱਕ ਟੰਗਾਂਗੇ, ਇਨਕੁਆਇਰੀਆਂ ਕਰਕੇ ਡਿਪਾਰਟਮੈਂਟਲ ਇਨਕੁਆਇਰੀਆਂ ਚਲਾਵਾਂਗੇ, ਜਿਹੜੇ ਨਜਾਇਜ਼ ਵੋਟਾਂ ਬਣਾਉਂਦੇ ਹੈ ਅਤੇ ਨਜਾਇਜ਼ ਵੋਟਾਂ ਟ੍ਰਾਂਸਫਰ ਕਰਦੇ ਹਾਂ। ਅਸੀਂ ਧਰਮ ਦੇ ਨਾਲ, ਇਮਾਨ ਦੇ ਨਾਲ ਲੜਾਂਗੇ ਇਲੈਕਸ਼ਨ। ਸਾਨੂੰ ਪਤਾ ਹੈ ਇਹਨਾਂ ਨੇ ਧੱਕੇ ਵੀ ਕਰਨੇ ਆ, ਸਾਡੇ ਨੋਮੀਨੇਸ਼ਨ ਪੇਪਰ ਲੈਣ ਵੇਲੇ ਵੀ ਧੱਕੇ ਕਰਨੇ ਆ, ਪਰ ਅਸੀਂ ਸਾਰੇ ਧੱਕੇ ਫੇਸ ਕਰਕੇ ਵੀ ਅਸੀਂ ਵਿਸ਼ਵਾਸ ਦਵਾਉਂਦੇ ਅਸੀਂ ਜੇਤੂ ਹੋਵਾਂ। BJP ਤੋਂ ਬਿਨਾਂ ਇਲੈਕਸ਼ਨ ਤੁਸੀਂ ਪਹਿਲੀ ਵਾਰ ਲੜਨ ਲੱਗੇ ਹੋ? ਅਸੀਂ ਜਨਤਾ ਨਾਲ ਲੜਦੇ ਹਾਂ ਇਲੈਕਸ਼ਨ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਬੜੀ ਕਲੀਅਰ ਗੱਲ ਦੱਸਾਂ, ਅਸੀਂ ਜਨਤਾ ਨਾਲ ਇਲੈਕਸ਼ਨ ਲੜਦੇ ਹਾਂ, ਅਸੀਂ ਲੋਕਾਂ ਤੋਂ ਆਪਣੇ ਕੀਤੇ ਕੰਮ ਦੇ ਬਣਾ 'ਤੇ ਇਲੈਕਸ਼ਨ ਲੜਨੀ ਹੈ। ਠੀਕ ਹੈ, ਸਹਿਯੋਗੀ ਪਾਰਟੀ BJP ਸੀ, ਅੱਜ ਨਹੀਂ, ਅਸੀਂ ਕਿਸੇ ਦੇ ਉਲਟ ਕੁਛ ਨਹੀਂ ਕਹਿਣਾ। ਅਸੀਂ ਤਾਂ ਪੋਜ਼ਿਟਿਵ ਗੱਲ ਆਪਣੀ ਕਰਕੇ ਇਲੈਕਸ਼ਨ ਲੜਨੀ ਹੈ, ਪੋਜ਼ਿਟਿਵ ਸੋਚ ਨਾਲ ਇਲੈਕਸ਼ਨ ਲੜਨੀ ਹੈ, ਪੋਜ਼ਿਟਿਵ ਮੰਤਵ ਨਾਲ ਇਲੈਕਸ਼ਨ 'ਚ ਜਾਣਾ, ਅਤੇ ਨਿਸ਼ਚੇ ਕਰਕੇ ਅਸੀਂ ਕਾਮਯਾਬ ਹੋਵਾਂਗੇ। ਰੁੱਸਣਗੇ ਕੈਂਡੀਡੇਟਾਂ ਤੋਂ ਉਹਨਾਂ ਬਾਰੇ ਕੀ ਦੇਖਿਆ? ਸਾਡੇ ਕੋਈ ਰੁੱਸਣ ਵਾਲੇ ਹੈ ਨਹੀਂ, ਕੋਈ ਰੁੱਸਣ ਵਾਲਾ ਹੈ ਨਹੀਂ। ਸਿਆਣੇ ਬੰਦੇ ਸਾਡੇ ਜੁਆਇਨ ਕਰਾ, ਜੇ 3 ਜੁਆਇਨ ਕੀਤੇ ਹੈ।
ਕੋਵਿਡ ਕੈਂਡੀਡੇਟ ਪਹਿਲਾਂ ਬਣ ਗਿਆ ਸੀ ਨਾ ਜੀ ਜਿਹੜਾ ਨਹੀਂ 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 ਕੋਈ ਕੈਂਡੀਡੇਟ ਬਣਨ ਦੀ ਗੱਲ ਨਹੀਂ ਹੈ। ਦੇਖੋ ਹੁੰਦਾ ਕੀ ਹੈ, ਇਲੈਕਸ਼ਨ ਇੱਕ ਇਹੋ ਜਿਹਾ ਸਮਾਂ ਹੁੰਦਾ ਜਿਹਦੇ ਵਿੱਚ ਜਿਹੜੇ ਹਾਸ਼ੀਏ 'ਤੇ ਬੈਠੇ ਲੋਕ ਹੈ ਉਹ ਵੀ ਸੋਚਦੇ ਆ ਕਿਹੜੀ ਪਾਰਟੀ ਚੰਗੀ ਹੈ। ਉਹ ਸਮਾਂ ਹੁੰਦਾ ਇਲੈਕਸ਼ਨ 'ਚ ਜੁੜਨ ਦਾ, ਅਤੇ ਇਸ ਇਲੈਕਸ਼ਨ ਦੇ ਵਿੱਚ ਜੇ ਤਿੰਨ ਸਿਆਣੀ ਸੋਚ ਰੱਖਣ ਵਾਲੇ ਲੋਕ ਜੁੜੇ ਹੈ ਇਹਦੇ ਤੋਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪੋਜ਼ਿਟਿਵਿਟੀ ਹੈਗੀ ਲੋਕਾਂ ਦੇ ਮਨ ਦੇ ਵਿੱਚ, ਸਾਡੇ ਪ੍ਰਤੀ ਵਿਸ਼ਵਾਸ ਹੈ, ਭਰੋਸਾ। ਤੁਸੀਂ ਕਦ ਤੱਕ ਡਿਕਲੇਅਰ ਕਰ ਦੋਗੇ ਆਪਣੇ ਕੈਂਡੀਡੇਟ? ਸਾਡੇ ਡਿਕਲੇਅਰਡ ਹੀ ਹੈ ਜੀ, ਜਿੱਦਣ ਪ੍ਰਧਾਨ ਜੀ ਚਾਹੁੰਗੇ ਕਰ ਦੇਣਗੇ, ਆਪਸ 'ਚ ਬੈਠ ਕੇ ਕਰਨਾ, ਕੋਈ ਐਡੀ ਗੱਲ ਨਹੀਂ, ਸਾਡੇ 'ਚ ਕੁਛ ਮਤਭੇਦ ਨਹੀਂ, ਕੋਈ ਕੰਟਰਾਡਿਕਸ਼ਨ ਨਹੀਂ, ਸਾਡੇ ਤਿਆਰੀ ਆ, ਸਭ ਫੈਸਲੇ ਆ ਇਹਨਾਂ ਦੇ, ਜਦ ਸਮਾਂ ਪ੍ਰਧਾਨ ਜੀ ਨੇ ਦੇਖਣਾ ਡਿਕਲੇਅਰ ਕਰ ਦੇਣਗੇ। ਸਾਡੇ ਕੈਂਡੀਡੇਟਸ ਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਕੋਈ ਦਿੱਕਤ ਨਹੀਂ ਹੈ ਸਾਡੇ ਆਪਸ 'ਚ। ਨਗਰ ਕੌਂਸਲ ਸਮਰਾਲਾ ਦੀ ਚੋਣ ਜੋ ਸਾਰੇ ਬਾਕੀ ਵੀ ਹੋਰ ਪੰਜਾਬ 'ਚ ਹੋ ਰਹੀਆਂ ਨੇ, ਉਹਦੀ ਤਿਆਰੀ ਕਿੱਥੋਂ ਤੱਕ ਪਹੁੰਚੀ ਹੈ ਔਰ ਉਹਨਾਂ ਦੇ ਕੈਂਡੀਡੇਟਾਂ ਦੇ ਕੀ ਫੈਸਲੇ ਹੋਏ ਨੇ ਉਹ ਓਬਜ਼ਰਵ ਕਰਨ ਵਾਸਤੇ, ਦੇਖਣ ਵਾਸਤੇ ਜੋ ਸਾਡੇ ਪ੍ਰਧਾਨ ਸਾਹਿਬ ਸਤਸ਼੍ਰੀ ਸਿੰਘ ਬਾਦਲ ਜੀ ਵੱਲੋਂ ਉਹ ਜਿਹੜਾ ਖੰਨਾ ਦੇ ਓਬਜ਼ਰਵਰ ਲਾਏ ਨੇ ਸ਼੍ਰੀ ਹਰੀਸ਼ ਰਾਏ ਟਾਂਡਾ ਜੀ, ਉਹਨਾਂ ਦੇ ਨਾਲ ਕੋ ਓਬਜ਼ਰਵਰ ਸਾਹ ਗਗਨਜੀਤ ਸਿੰਘ ਬਰਨਾਲਾ ਔਰ ਸ਼੍ਰੀ ਜੀਵਨ ਧਵਨ ਜੀ। ਅੱਜ ਅਸੀਂ ਆਪਣੇ ਪ੍ਰਪੋਜ਼ ਜਿਹੜੇ ਕੈਂਡੀਡੇਟ, ਸਾਬਕਾ ਜਿਹੜੇ ਸਾਡੇ ਕੌਂਸਲਰ ਅਤੇ ਸ਼ਹਿਰ ਦੀਆਂ ਸਾਡੀਆਂ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ, ਕੇਵਲ ਉਹਨਾਂ ਦਾ ਇਕੱਠ ਸੀ ਅੱਜ ਮੀਟਿੰਗ ਸੀ ਔਰ ਉਹਨਾਂ ਦੇ ਵਿਚਾਰ ਵੀ ਉਹਨਾਂ ਨੇ ਸੁਣੇ ਨੇ ਅਤੇ ਜੋ ਗਾਈਡਲਾਈਨ ਨੇ ਇਹਨਾਂ ਚੋਣਾਂ ਸੰਬੰਧੀ ਉਹ ਦੇਣ ਵਾਸਤੇ ਆਏ ਸੀ ਔਰ ਉਹਦੇ ਤਹਿਤ ਅਸੀਂ ਪਹਿਲਾਂ ਹੀ ਜਿਹੜੀ ਸਾਡੀ ਤਿਆਰੀ ਹੈ ਉਹ ਅਸੀਂ ਬਹੁਤ ਦਿਨ ਤੋਂ ਲੱਗੇ ਹੋਏ, ਸਾਰਿਆਂ ਦੀ ਰਾਏ ਮਸ਼ਵਰੇ ਲੈ ਕੇ 15 ਵਾਰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੈਂਡੀਡੇਟ ਖੜ੍ਹੇ ਕਰਨ ਜਾ ਰਹੀ ਹੈ ਔਰ ਬਹੁਤ ਅਸੀਂ ਫੈਸਲੇ ਕਰ ਲਏ, ਜੇ ਇੱਕ ਦੋ ਜਗ੍ਹਾ ਸਾਡੇ ਅਜੇ ਫੈਸਲੇ ਰੁਕੇ ਨੇ ਕਿਉਂਕਿ ਕੈਂਡੀਡੇਟ ਸਾਡੇ ਕੋਲ ਮਾਫ ਕਰਨਾ ਕਈਆਂ ਕੋਲ ਤਾਂ ਹੈ ਨਹੀਂ ਅਤੇ ਸਾਡੇ ਕੋਲ ਜ਼ਿਆਦਾ ਨੇ, ਅਸੀਂ ਉਹਨਾਂ ਨੂੰ ਇੱਕ ਦੂਜੇ ਨਾਲ ਰਜਾਬੰਦੀ ਕਰਨ ਤੋਂ ਬਾਅਦ ਹੀ ਫੈਸਲਾ ਕਰਾਂਗੇ ਅਤੇ ਇਸ ਤਰ੍ਹਾਂ ਦਿੱਕਤ ਹੋ ਗਈ ਨਹੀਂ, ਅੱਜ ਅਸੀਂ ਸਾਰੇ ਅਨਾਊਂਸ ਕਰ ਦੇਣੇ ਸੀ ਪਰ ਕੁਝ ਦਿਨਾਂ ਦੇ ਬਾਅਦ ਅਸੀਂ ਫਿਰ ਓਬਜ਼ਰਵਰ ਸਾਹਿਬਾਨ ਨੂੰ ਬੁਲਾ ਕੇ ਫਿਰ ਅਨਾਊਂਸ ਕਰਾਂਗੇ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀਆਂ ਵੱਖ ਵੱਖ ਹੋਰ ਪਾਰਟੀਆਂ 'ਚ ਪਹਿਲਾਂ ਸੱਜਣ ਸੇਵਾ ਕਰਦੇ ਸੀ ਉਹ ਸਾਡੀਆਂ ਪਾਰਟੀ ਦੀਆਂ ਨੀਤੀਆਂ ਜਾਂ ਪਾਰਟੀ ਦਾ ਜਿਹੜੇ ਪਿਛਲੀਆਂ ਸੇਵਾਵਾਂ ਇੱਥੇ ਨਗਰ ਕੌਂਸਲ ਦੇ ਵਿੱਚ ਦਿੱਤੀਆਂ ਨੇ ਸਾਡੇ ਪ੍ਰਧਾਨ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਜੋ ਸ਼ਹਿਰ ਵਿੱਚ ਸਹੂਲਤਾਂ ਜਾਂ ਸੇਵਾਵਾਂ ਦਿੱਤੀਆਂ ਉਹਨੂੰ ਮੱਦੇਨਜ਼ਰ ਰੱਖ ਕੇ ਵਿਕਾਸ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਜੋ ਹੋਇਆ ਇਸ ਲਈ ਉਹ ਵੀ ਛੱਡ ਕੇ ਦੂਜੀਆਂ ਪਾਰਟੀਆਂ ਸਾਡੇ 'ਚ ਆਏ ਨੇ। ਕਿਸ ਤਰ੍ਹਾਂ ਬੀਜੇਪੀ ਤੋਂ ਇਲੈਕਸ਼ਨ ਲੜੀ ਜਾ ਰਹੀ ਹੈ? ਦੇਖੋ ਲੜਨਾ ਤਾਂ ਅਸੀਂ ਆਪਣੇ ਪੈਰੀ ਹੁੰਦਾ ਹਰ ਇੱਕ ਨੇ, ਬੀਜੇਪੀ ਤਾਂ ਸਾਡਾ ਮੇਲ ਰਿਹਾ, ਸਹਿਯੋਗ ਰਿਹਾ, ਇੱਕ ਦੂਜੇ ਦਾ ਕਰਦੇ ਰਹੇ ਅਤੇ ਸਾਡਾ ਲੈਂਦੇ ਰਹੇ ਨੇ ਪਰ ਸਾਨੂੰ ਇਹਦਾ ਘਾਟ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਸਾਡੇ ਵਰਕਰਾਂ 'ਚ ਉਤਸ਼ਾਹ ਬਹੁਤ ਹੈ ਚੋਣਾਂ ਸੰਬੰਧੀ। ਮੈਂ ਇਹੀ ਗੱਲ ਕਰਦਾ, ਤੁਸੀਂ ਬਹੁਤ ਜਗ੍ਹਾ ਦੇਖਿਆ ਹੋਣਾ ਕਿ ਕੋਈ ਕੈਂਡੀਡੇਟ ਲੱਭਦੇ ਫਿਰਦੇ ਨੇ, ਸਾਡੇ ਕੋਲ ਇੱਕ ਇੱਕ ਵਾਰਡ ਦੇ ਉੱਤੇ ਦੋ ਦੋ ਤਿੰਨ ਤਿੰਨ ਕੈਂਡੀਡੇਟ ਸੀ ਔਰ ਜਿਹਨੂੰ ਪੁੱਛਿਆ ਵੀ ਮੈਂ ਫਿਰ ਉਹਨਾਂ ਦੀ ਰਜ਼ਾਬੰਦੀ ਨਾਲ ਫੈਸਲੇ ਕਰੀ ਦੇਣੇ ਵਿੱਚ ਵੀ ਕਿਹਨੂੰ ਦੇਣੀ ਆ, ਦੱਸੋ ਵੀ ਤੁਸੀਂ ਆਪਸੀ ਫੈਸਲਾ ਕਰਕੇ ਦੱਸੋ ਤਾਂ ਕਿ ਦੂਜਾ ਦੂਜੇ ਦੀ ਮਦਦ ਕਰੇ ਔਰ ਸਾਡੇ ਕੋਈ ਗਿਲੇ ਸ਼ਿਕਵੇ ਛੋਟੇ ਮੋਟੇ ਅਕਸਰ ਪਰਿਵਾਰਾਂ 'ਚ ਹੋ ਜਾਂਦੇ ਨੇ, ਪਾਰਟੀਆਂ 'ਚ ਵੀ ਹੋ ਜਾਂਦੇ ਨੇ, ਚੋਣਾਂ 'ਤੇ ਕੋਈ ਖਾਸ ਤੌਰ 'ਤੇ ਨਜ਼ਰ ਆਉਂਦੇ ਨੇ। ਅੱਜ ਤੁਹਾਡੇ ਸਾਹਮਣੇ ਆ ਕੇ ਸਾਰੀ ਜਥੇਬੰਦੀ ਇੱਕ ਮੁੱਠ ਹੈ, ਸਾਰੇ ਗਿਲੇ ਸ਼ਿਕਵੇ ਪਿਛਲੇ ਭੁਲਾ ਕੇ ਜੋ ਛੋਟੇ ਮੋਟੇ ਹੁੰਦੇ ਵੀ ਨੇ, ਅੱਜ ਲੜਾਈ ਦੀ ਗੱਲ ਆ, ਜੰਗ ਦੇ ਵਿੱਚ ਤਾਂ ਇਕੱਠੇ ਹੋ ਕੇ ਸਿਰ ਜੋੜ ਕੇ ਲੜਾਈ ਲੜੀ ਦੀ ਹੈ ਔਰ ਸਾਨੂੰ ਆਸ ਹੈ ਕਿ ਸਾਰੀਆਂ ਦੇ ਸਾਰੇ ਵਾਰਡ ਜਿੱਤਾਂਗੇ। ਇੱਕ ਜਿਹੜੇ ਆਪਣੇ ਅੱਜ ਤਿੰਨ ਮੈਂਬਰ ਸ਼ਾਮਲ ਹੋਏ ਨੇ, ਕਿਹੜੀ ਕਿਹੜੀ ਪਾਰਟੀ ਨੂੰ ਛੱਡ ਗਏ ਨੇ, ਕੀ ਨਾਮ ਨੇ ਜੀ ਉਹਨਾਂ ਦੇ? ਇੱਕ ਤਾਂ ਸਰਦਾਰ ਸੰਤੋਖ ਸਿੰਘ ਜੀ ਨੇ, ਵੈਸੇ ਕਿਸੇ ਮੌਕੇ ਉਹ ਅਕਾਲੀ ਦਲ 'ਚ ਹੋ ਗਏ ਸੀ, ਯੂਥ ਅਕਾਲੀ ਦਲ ਸ਼ੁਰੂ ਕੀਤੀ, ਫਿਰ ਉਹ ਸਰਵਿਸ ਚਲੇ ਗਏ ਸੀ, ਫਿਰ ਉਹਨਾਂ ਨੇ ਪਿਛਲੇ ਸਮੇਂ ਜਿਹੜਾ ਹੈਗਾ ਵਿਕਾਸ ਮੰਚ ਦੇ ਵਿੱਚ ਚਲੇ ਗਏ ਸੀ, ਫਿਰ ਉਹ ਕਹਿੰਦੇ ਵੀ ਮੈਂ ਹੁਣ ਅਕਾਲੀ ਦਲ ਦਾ ਲੇਬਰ ਲਾ ਕੇ ਲੜੀ ਹੈ, ਉਹਨਾਂ ਨੇ ਜੀ ਆਇਆ ਆਖਿਆ
ਇੱਕ ਫਿਰ ਟਿਵਾਣਾ ਜੀ ਨੇ, ਉਹ ਪਿੱਛੇ ਪਹਿਲਾਂ ਕਾਂਗਰਸ ਵੱਲ ਸੀਗੇ, ਹੁਣ ਉਹਨਾਂ ਦੇ ਵਾਈਫ ਪ੍ਰਪੋਜ਼ ਕੀਤਾ ਅਸੀਂ ਅਨਾਊਂਸ ਤਾਂ ਬਾਅਦ 'ਚ ਕਰਾਂਗੇ ਵੀ ਇਲੈਕਸ਼ਨ ਲੜਨ ਦਾ। ਅਤੇ ਤੀਸਰੇ ਜਿਹੜੇ ਸਰਸੋਹਣ ਸਿੰਘ ਜੀ, ਉਹ ਵੀ ਪਹਿਲਾਂ ਕਾਂਗਰਸ ਸੀਗੇ, ਉਹ ਹੁਣ ਸਾਡੇ 'ਚ ਆਏ ਨੇ। ਉਹ ਕਹਿੰਦਾ ਮੈਂ ਤੁਹਾਡੇ ਵੱਲੋਂ ਚੋਣ ਲੜਨੀ ਹੈ ਕਿਉਂਕਿ ਕਾਂਗਰਸ ਦਾ ਲੇਬਰ ਮੈਂ ਨਹੀਂ ਲਵਾਉਣਾ, ਟਿਕਟ ਉਹ ਵੀ ਦੇ ਰਹੇ ਸੀ, ਪਰ ਨਹੀਂ ਮੈਂ ਅਕਾਲੀ ਦਲ ਵੱਲੋਂ ਚੋਣ ਲੜਨੀ। ਆਉਣ ਵਾਲੇ ਦੇ ਵਿੱਚ ਸਮੇਂ ਲੱਗਦਾ ਵੀ ਹੋਰ ਵੀ ਕੋਈ ਆਪਣੀ ਪਾਰਟੀ ਜੁਆਇਨ ਕਰ? ਬਹੁਤ ਵੱਡੀ ਪੱਧਰ 'ਤੇ ਹੋਣਗੇ ਜੀ, ਸਾਡੇ ਕੋਲ ਬੜੇ ਸੁਨੇਹੇ ਜਿਹੜੇ ਮੈਂ ਕਹਾਂ ਰੂਲਿੰਗ ਪਾਰਟੀ ਵਾਲੀ ਕਿ ਦੂਜੇ ਵੀ ਆ, ਅਸੀਂ ਕਿਹਾ ਵੀ ਸਾਨੂੰ ਅਜੇ ਆਪਣੇ ਕੈਂਡੀਡੇਟ ਸਿੱਧੇ ਕਰ ਲੈਣ ਦਿਓ, ਜਦੋਂ ਚੋਣ ਮੁਹਿੰਮ ਦਾ ਆਗਾਜ਼ ਕਰਾਂਗੇ ਉਸ ਦਿਨ ਵੀ ਤੁਸੀਂ ਦੇਖਿਓ ਬਹੁਤ ਸਾਰੇ ਸ਼ਾਮਿਲ ਹੋਣਗੇ, ਔਰ ਬਹੁਤ ਸਾਨੂੰ ਬੜੇ ਵੱਡੇ ਹੁੰਗਾਰੇ ਮਿਲ ਰਹੇ ਨੇ ਕਿ ਇਸ ਜਿੱਤ ਦੇ। ਲੋਕ ਕਹਿੰਦੇ ਨੇ ਵੀ ਤੁਸੀਂ ਇਵੇਂ ਜਿਵੇਂ ਚੱਲੇ ਹੋ ਇਵੇਂ ਚੱਲਦੇ ਰਹੋ, ਤੁਹਾਡੀ ਜਿੱਤ ਅਵਸ਼ਯ ਹੈ, ਸਾਨੂੰ ਉਹਨਾਂ ਦੇ ਬਲਬੂਤੇ 'ਤੇ ਅਸੀਂ ਚੋਣਾਂ ਜਿੱਤਾਂਗੇ। ਲੱਗਦਾ ਅਕਾਲੀ ਦਲ ਇੱਕ ਹੋ ਕੇ ਇਲੈਕਸ਼ਨ ਲੜੂਗਾ? ਬਿਲਕੁਲ ਲੜੂਗਾ ਜੀ, ਬਿਲਕੁਲ। ਅਜੇ ਰਿਜ਼ਰਵਰੀ ਪਹੁੰਚਣੇ ਸਮਰਾਲੇ 'ਤੇ ਕੀ ਫੈਸਲਾ ਹੋਇਆ ਜੀ? ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਅਬਜ਼ਰਵਰ ਰੀਸ਼ ਰਾਏ ਟਾਂਡਾ ਜੀ, ਧਵਨ ਸਾਹਿਬ ਅਤੇ ਗਗਨਜੀਤ ਬਰਨਾਲਾ ਜੀ, ਜਿਹੜੇ ਤਿੰਨੋਂ ਅਬਜ਼ਰਵਰ ਨੇ ਸਾਡੇ ਪਹੁੰਚੇ ਨੇ ਨਗਰ ਕੌਂਸਲ ਚੋਣਾਂ ਦੇ ਲਈ। ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਤਕਰੀਬਨ 12-13 ਜਿਹੜੇ ਉਮੀਦਵਾਰ ਨੇ ਉਹ ਕਲੀਅਰ ਹੋ ਗਏ ਨੇ, ਔਰ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਇਕੱਠੇ ਕਰਾ ਕੇ 15-15 ਉਮੀਦਵਾਰ ਜਿਹੜੇ ਤੁਹਾਨੂੰ ਸਾਰੀ ਜਿਹੜੀ ਲਿਸਟ ਅਵੇਲੇਬਲ ਕਰਾਂਗੇ ਤੁਹਾਨੂੰ। ਪਰ ਮੈਂ ਸਮਝਦਾ ਕਿ ਸਾਡੇ ਇਹ ਨਹੀਂ ਹੈਗਾ ਵੀ ਸਾਨੂੰ ਕੈਂਡੀਡੇਟ, ਸਾਡੇ 3-3, 4-4 ਕੈਂਡੀਡੇਟ ਨੇ, ਉਹਨਾਂ ਦਾ ਅਸੀਂ ਫੈਸਲਾ ਕਰਕੇ ਸਾਰਿਆਂ ਦਾ ਮੈਂ ਸਮਝਦਾ ਕਿ ਇੱਕ ਮੱਤ ਹੋ ਕੇ ਅਸੀਂ ਇਹ ਜਿਹੜੀ ਇਲੈਕਸ਼ਨ ਲੜਨੀ ਵੀ ਔਰ ਜਿੱਤਣੀ ਵੀ ਹੈ। ਔਰ ਮੈਂ ਸਮਝਦਾ ਕਿ ਵਿਕਾਸ ਦੇ ਮੁੱਦੇ ਦੇ ਉੱਤੇ ਅਸੀਂ ਇਲੈਕਸ਼ਨ ਲੜਨੀ ਆ, ਠੀਕ ਆ ਕਿ ਦੁਨੀਆ ਪਾਰਟੀਆਂ ਕਹਿੰਦੇ ਨੇ ਵੀ ਅਸੀਂ ਵਿਕਾਸ ਦਾ ਮੁੱਦਾ, ਮੈਂ ਕਹਿੰਦਾ ਇੱਕ ਵੀ ਉਹ ਕੰਮ ਗੜਾ ਦੇਣ ਵੀ ਜੇ ਉਹ ਸਰਕਾਰ ਨੇ ਕੋਈ ਕੰਮ ਕੀਤਾ ਹੋਵੇ, ਠੀਕ ਆ ਕਿ ਜੋ ਗੱਲ ਕਰਦੇ ਨੇ ਉਹ ਪਾਰਕ ਦੀ ਗੱਲ ਕਰਦੇ ਨੇ ਵੀ ਪਾਰਕ ਅਸੀਂ ਬਣਾਈ ਆ, ਪਾਰਕ ਸ਼੍ਰੋਮਣੀ ਅਕਾਲੀ ਦਲ ਨੇ ਬਣਾਈ ਆ, ਇਹ ਮੈਂ ਸਮਝਦਾ ਕਿ ਸਾਡੀ ਫਰਾਕ ਦੀ ਲਈ ਆ ਕਿ ਅਸੀਂ ਅਮਰੀਕ ਸਿੰਘ MLA ਸਾਹਿਬ ਦੇ ਉਦਘਾਟਨ ਕਰਾਇਆ ਵੀ ਉਹ ਸਮਰਾਲੇ ਦੇ MLA ਸੀ, ਉਹਨਾਂ ਦੇ ਉਦਘਾਟਨ ਕਰਾਏ ਅਸੀਂ, ਲੇਕਿਨ ਬਣਾਈ ਸ਼੍ਰੋਮਣੀ ਅਕਾਲੀ ਦਲ ਨੇ। ਔਰ ਮੈਂ ਸਮਝਦਾ ਕਿ ਜਿੰਨਾ ਵੀ ਤੁਸੀਂ ਸ਼ਹਿਰ ਦੇ ਵਿੱਚ ਕਿਸੇ ਦੁਕਾਨਦਾਰ ਵੀਰ ਕੋਲ ਜਾਓ ਤਾਂ ਉਹਨਾਂ ਨੂੰ ਪੁੱਛੋ ਵੀ ਜਿਹੜੀ ਪਿਛਲੀ ਕਮੇਟੀ ਦੀ ਉਹਨੇ ਕਿੰਨੇ ਕੰਮ ਕੀਤੇ ਨੇ, ਤਾਂ ਉਹ ਕਹਿਣਗੇ ਵੀ ਇਹੋ ਜਿਹੀ ਕਮੇਟੀ ਹੋਰ ਆਵੇ, ਵਾਰ ਵਾਰ ਆਵੇ। ਅਸੀਂ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਇਹ ਕਮੇਟੀ ਸੌਂਪਣਾ ਚਾਹੁੰਦੇ ਹਾਂ, ਉਹਨਾਂ ਦਾ ਪ੍ਰਧਾਨ ਚਾਹੁੰਦੇ ਹਾਂ। ਔਰ ਮੈਂ ਸਮਝਦਾ ਕਿ ਬਹੁਤ ਮੈਂ ਸਮਝਦਾ ਕਿ ਸਮਰਾਲੇ ਸ਼ਹਿਰ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ 15-15 ਉਮੀਦਵਾਰ, ਮੈਂ ਸਮਝਦਾ ਕਿ ਬਹੁਤ ਸੂਝਵਾਨ ਸਾਡੇ ਉਮੀਦਵਾਰ ਨੇ। ਔਰ ਇੱਕ ਮੱਤ ਹੋ ਕੇ ਜਥੇਦਾਰ ਸੰਤਾ ਸਿੰਘ ਮਹਿਤਪੁਰ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਚੋਣ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਸਮਝਦਾ ਕਿ ਝੋਲੀ ਦੇ ਵਿੱਚ ਇਹ ਸੀਟਾਂ 15-15 ਅਸੀਂ ਪਾਉਣੀਆਂ।